ਕੇ ਖੜੇ ਹੋਇਓ ਇੱਥੇ ਨਾ ਮੈਂ ਸਫਾਈ ਕਰਨੀ ਸੀ ਬੋਕਰ ਲਾ ਦਾਂ ਤੁਹਾਡਾ ਮੰਜਾ ਉੱਧਰ ਡਾ ਦਿੰਨੀ ਆ ਨੀ ਘਰ ਵਿੱਚ ਹੋਰ 100 ਕੰਮ ਆ ਪਹਿਲਾਂ ਉਹ ਕਰ ਲੈਂਦੀ ਖੜ ਗਈ ਮੇਰੇ ਸਰਾਣੇ ਬੋਕਰ ਲੈ ਕੇ ਹਾਂ ਮੰਮੀ ਘਰੇ 100 ਰਿਸ਼ਤੇਦਾਰ ਆ ਜਾਂਦਾ ਜੇ ਸਫਾਈ ਨਾ ਹੋਵੇ ਨਾ ਅਗਲਾ ਨੱਕ ਬੁੱਲ ਕੱਢਦਾ ਇਸ ਦਾ ਮਤਲਬ ਤੂੰ ਮੇਰੀਆਂ ਧੀਆਂ ਨੂੰ ਕਹਿ ਰਹੀ ਆ ਨੀ ਹੁਣ ਤੈਨੂੰ ਉਹ ਵੀ ਪੈੜੀਆਂ ਲੱਗਣ ਲੱਗ ਗਈਆਂ ਨਹੀਂ ਮੰਮੀ ਜੀ ਐਡਾ ਦਾ ਤਾਂ ਮੈਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਆ ਸਤਿਕਾਰ ਤਾਂ ਤੇਰੇ ਵੱਡੇ ਵੀ ਕਰਨਗੇ ਜ਼ਮੀਨ ਜਾਇਦਾਦ ਤੇ ਘਰ ਦੇ ਹਿੱਸੇ 'ਚ ਬਰਾਬਰ ਦੀਆਂ ਮਾਲਕ ਨੇ ਮੇਰੀਆਂ ਕੁੜੀਆਂ ਮੰਮੀ ਜੀ ਤੁਸੀਂ ਤਾਂ ਐਵੇਂ ਗੱਲ ਵਧਾਈ ਜਾਂਦੇ ਹੋ ਕੋਈ ਗੱਲ ਨਹੀਂ ਮੈਂ ਕੋਈ ਹੋਰ ਕੰਮ ਕਰ ਲੈਣੀ ਆ ਕਿਵੇਂ ਬੋਲਦੀ ਆ ਆ ਜਾਂਦੇ ਮੇਰੇ ਮੁੰਡੇ ਨੂੰ ਪਟਾਉਣੀ ਆ ਇਹਦੀ ਗੁੱਤ ਨੀਤੂ ਗੱਲ ਸੁਣ ਮੇਰੀ ਮਾੜੀ ਜੀ ਹਾਂਜੀ ਦੱਸੋ ਕੀ ਗੱਲ ਆ ਕੀ ਗੱਲ ਹੋ ਗਈ ਤੂੰ ਤੇ ਬੇਬੇ ਕਿਉਂ ਲੜੀਆਂ ਮੈਂ ਕਿੱਥੇ ਲੜਦੀ ਆਂ ਜੀ ਮੰਮੀ ਨਾਲ ਮੰਮੀ ਨੇ ਜਿਉਣਾ ਹਰਾਮ ਕੀਤਾ ਹੋਇਆ ਘਰ 'ਚ ਇੰਨਾ ਕੰਮ ਹੁੰਦਾ ਮੈਂ ਕੰਮ ਕਰਾਂ ਤੇ ਮੰਮੀ ਨਾਲ ਲੜਦੀ ਰਵਾਂ ਮੈਨੂੰ ਪਤਾ ਮੇਰੀ ਮਾਂ ਦਾ ਇਹ ਦਾ ਆਦਤੀ ਆ ਲੜਨ ਦੱਸੋ ਜੀ ਫਿਰ ਮੈਂ ਕੀ ਕਰਾਂ ਬਸ ਤੂੰ ਕੰਨਾਂ 'ਚ ਕੌੜਾ ਤੇਲ ਪਾ ਲਾ ਇਹ ਤਾਂ ਬਹਾਨੇ ਭਾਲਦੀ ਆ ਲੜਨ ਜਾਂ ਤਾਂ ਕੁੜੀਆਂ ਕੋਲੇ ਜਾਓ ਜਾਂ ਕੁੜੂ ਨੂੰ ਇੱਥੇ ਬੁਲਾਓ ਆਪਣਾ ਜਲੂਸ ਕੱਢੋ ਇਹ ਨਹੀਂ ਸੁਧਰਦੀ ਕੌਣ ਆਈ ਬੈਠੀ ਹੈ ਕੰਨ ਨੂੰ ਫੋਨ ਕੱਲੇ ਕੱਲੇ ਰਿਸ਼ਤੇਦਾਰ ਕੋਲੇ ਬਦਨਾਮੀ ਕਰੂ ਕੁੜੀਆਂ ਤਾਂ ਹੁਣ ਆਈਆਂ ਲੈ ਇਹਨੂੰ ਤਾਂ ਫੋਨ ਲਾਉਣ ਦਾ ਬਹਾਨਾ ਚਾਹੀਦਾ ਲੱਛਣ ਕੀ ਫੜੇ ਐਨੇ ਆਪਣੀ ਮਾਂ ਨੂੰ ਬੋਲਦੀ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਆਲੋ ਪਾਣੀ ਪੀ ਤੂੰ ਪਾਣੀ ਨੂੰ ਛੱਡ ਪਰੇ ਤੂੰ ਸਾਡੀ ਮਾਂ ਨੂੰ ਉੱਚਾ ਨੀਵਾਂ ਬੋਲੀ ਕਿਵੇਂ ਭੈਣ ਤੂੰ ਉਹਦੇ ਨਾਲ ਗੱਲ ਨਾ ਕਰ ਚਾਰ ਮਾਰੇ ਤੇ ਗੁੱਤ 'ਚ ਘਰੋਂ ਕੱਢ ਨੂੰ ਬਾਹਰ ਜਾ ਨੀ ਜਾ ਚਾਹ ਬਣਾ ਕੇ ਲਿਆ ਐਵੇਂ ਸਿੱਤਰ ਖਾ ਲੇਂਗੀ ਮੇਰੀਆਂ ਧੀਆਂ ਤੋਂ ਕਿਵੇਂ ਦਸਕਦੀ ਆ ਮਾਂ ਭੇਜ ਕਿਉਂ ਦਿੱਤੀ ਥੋੜੀ ਜਿਹੀ ਹੋਰ ਮੁਰੰਮਤ ਕਰ ਲੈਣ ਦਿੰਦੀ ਨਾ ਨਾ ਪੁੱਤ ਇੰਨਾ ਕੀ ਬਹੁਤ ਆ ਇੰਨੇ ਕੁ ਨਾਲੇ ਦੀ ਟਿੰਬਰੀ ਟੈਟ ਹੋ ਗਈ ਨਾਲੇ ਹੁਣ ਮੇਰੀ ਜੁੱਤੀ ਥੱਲੇ ਰਹੂ ਇਹ ਲੈ ਵੀਰਾ ਆ ਗਿਆ ਆਪਦੀ ਜਨਾਨੀ ਨੂੰ ਸਮਝਾਉਂਦਾ ਨੀ ਉਲਟਾ ਮਾਂ ਦੇ ਗੱਲ ਪੈਣਾ ਭੈਣ ਮੇਰੇ ਘਰ ਦਾ ਮੈਨੂੰ ਪਤਾ ਮਾਂ ਹੀ ਜ਼ਿਆਦਾ ਕਲੇਸ਼ ਕਰਦੀ ਹੈ ਇਹਦੇ ਨੀਤੂ ਦਾ ਕੋਈ ਕਸੂਰ ਨਹੀਂ ਚੱਲ ਠੀਕ ਆ ਵੀਰੇ ਅਸੀਂ ਆਪਦੀ ਮਾਂ ਨੂੰ ਲੈ ਆਨੀ ਆ ਤੂੰ ਆਪਦੀ ਜਨਾਨੀ ਨੂੰ ਬਿਠਾ ਲੈ ਸਿਰ ਤੇ ਗੱਲ ਸੁਣ ਲੈ ਵੀਰੇ ਜੇ ਅਸੀਂ ਆਪਣੀ ਆਈ ਤੇ ਆ ਗਈ ਨਾ ਤੇਰੇ ਕੋਲ 1 ਕਿੱਲੇ ਹੀ ਰਹਿ ਜਾਣਾ ਜ਼ਮੀਨ ਦਾ ਚੱਲ ਮਾਂ ਚੱਲ ਗਏ ਆਪਾਂ ਆ ਕੋਈ ਗੱਲ ਬਣੀ ਜਦੋਂ ਆਉਣਗਾ ਜਲੂਸ ਕੱਢ ਰਹਣੀਆਂ ਕੱਢ ਲੋ ਫਿਰ ਸੁਣੋ ਭੈਣਾ ਤੁਸੀਂ ਬੇਬੇ ਨਾਲ ਲੈ ਕੇ ਜਾਓ ਮੇਰੀ ਨਾ ਪਿੰਡ 'ਚ ਬਹੁਤ ਬੇਇੱਜ਼ਤੀ ਹੋ ਜਾਣੀ ਆ ਜੇ ਤੁਸੀਂ ਬੇਬੇ ਨੂੰ ਲੈ ਗਏ ਅੱਜ ਨੀ ਤੂੰ ਪਾਸੇ ਹੋ ਆਈ ਵੱਡੀ ਬੇਬੇ ਵਾਲੀ ਚੱਲ ਵੇ ਤੇ ਚੱਲੀਏ ਭੈਣੇ ਗੱਲ ਸੁਣ ਮੇਰੀ ਭੈਣੇ ਮੇਰੇ ਵਾਲਾ ਤਾਂ ਆਖੂਗਾ ਕੱਲ ਪਰਸੋਂ ਦਾ ਬੇਬੇ ਇੱਥੋਂ ਗਈ ਸੀ ਤੂੰ ਅੱਜ ਫੇਰ ਨਾਲ ਚੱਕ ਲਿਆਂਦੀ ਆ ਤੂੰ ਲੈ ਜਾ ਨਾਲ ਬੇਬੇ
ना भैने लखविंदर बेबे का अड़ब सुभा करके मेरी सास नूं जमा ही नहीं पसंद करती है, तो मेरा भी बिस्तरा गोल कराऊ। फिर भैने आपां बेबे नूं वीरे कोल ही छड्ड आनी आ। ना नी ना, जे बेबे नूं आपां वीरे कोल छड्डता लोक कहणगे बेबे दे प्यार दा भूत लै गया, तू चार दिन लै जा फिर मैं जाके बेबे नूं ले आऊंगी। चल ठीक है भैने, फिर मैं बेबे नूं लै आनी आ एक बार, ते तू चारां क दिनां नूं ले आई जाके। जल्दी जल्दी आगे गिलास भी ले जा, पीपी ढेर लाई जानी रहनी आ। लखविंदर पुत्त उरे आई। की हो गया बेबे? अब मेरा मंजा धुप्पे करी, मेनू ठंड लगी जांदी आ। लखविंदर पुत्त उरे आई। गर्मी जी आई जांदी आ, मेरा मंजा आमे करी रात कर दी। ले बेबे। लखविंदर उरे आ। हां दस बेबे। अब मंजा धुप्पे डाई बेबे, हुण तां धुप्पे छाने कीता पुत्त, मैनु पाला जा लगी जांदे डर माड़ा जा। लखविंदर हां दस बेबे, मेरा मंजा शामे करी, मेनू ना धुप्प गर्मी जी आई जांदी आ। बेबे नूं लिया के गल स्यापा ही पा लिया। नहीं लखविंदरे, मंजा धुप्पे करी। किधर को जाना शहर जी? बस चल रहे हैं, थोड़ा हिसाब तो हो रहेगा, बस कर ला तो उतना ही, बस मसा रही मिली है, चक लें मजा के, बस 5-7 मिनट जाना। आ लो जी पर्ची, थोड़ा मेरा सामान लिया दियो। ठीक है। ਲੈ ਬਾਈ ਅਸੀਂ ਥੱਲੇ ਲੱਭਦੇ ਫਿਰਦੇ ਆ, ਤੁਸੀਂ ਇੱਥੇ ਬੈਠੇ ਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੰਦਰੋਂ ਐਡੀ ਖਤਰਨਾਕ ਐਂਟਰੀ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਬਾਹਰ ਲਾ ਗਿਆ ਕਰੋ, ਬੈਠੋ। ਹੋਰ ਘਰ ਪਰਿਵਾਰ ਸਭ ਠੀਕ ਠਾਕ? ਹਾਂ ਹਾਂ, ਬਹੁਤ ਵਧੀਆ ਬਾਈ। ਆਪਣੇ ਸੁਣਾ? ਵਧੀਆ ਵਧੀਆ। ਹੋਰ ਵੀਰੇ, ਮੰਮੀ ਡੈਡੀ ਤੇ ਭਾਬੀ ਜੀ ਕਿੱਦਾਂ? ਠੀਕ ਸੀਗੇ। शहर आए बापूआं दा, कुड़ी ने भी जाया। ਉਹ ਨਾ ਯਾਰ, ਮਸਾਂ ਤਾਂ ਇਕੱਠੇ ਹੋਏ ਆ, ਮੈਂ ਨਹੀਂ ਜਾਣ ਦਿੰਦਾ। ਬਾਪੂ ਨੂੰ ਆਪੇ ਕਹਿ ਦੂ ਮੈਂ, ਤੁਸੀਂ ਬੈਠੋ ਯਾਰ, ਮੈਂ ਆਇਆ। ਭੈਣੇ ਮਾਸੀ ਕਿੱਥੇ ਆ? ਕੀ ਦੱਸਾਂ ਵੀਰੇ, 20 ਦਿਨ ਹੋ ਗਏ ਲੜਕੇ ਕੁੜੀਆਂ ਕੋਲੇ ਬੈਠੀ ਆ। ਗੱਲ ਸੁਣ ਭੈਣੇ, ਇਹ ਮਾਂ ਪੁੱਤ ਕੁਛ ਮਰਜ਼ੀ ਕਰੀ ਜਾਣ, ਤੂੰ ਨਾ ਭੈਣੇ ਹਿੱਸਾ ਲਿਆ ਕਰ ਵਿੱਚ। ਨਹੀਂ ਵੀਰੇ, ਮੈਂ ਤਾਂ ਨਹੀਂ ਕਦੇ ਬੋਲੀ, ਛੋਟੀ ਨਨਾਣ ਹੀ ਮੇਰੀ ਜ਼ਿਆਦਾ ਲੜਾਕੀ ਆ, ਕਈ ਵਾਰੀ ਮੈਂ ਸੁਣਿਆ ਪਾਸੇ ਖੜ ਕੇ। ਭੈਣੇ ਪਾਸੇ ਖੜ ਕੇ ਤਾਂ ਗੱਲਾਂ ਉਹ ਲੋਕ ਸੁਣਦੇ ਹੁੰਦੇ ਆ ਜਿਨ੍ਹਾਂ ਦੇ ਮਨ ਚ ਚੋਰ ਹੋਵੇ, ਅਸੀਂ ਤਾਂ ਨਹੀਂ ਤੈਨੂੰ ਇਹੋ ਜਿਹਾ ਕੁਛ ਸਿਖਾਇਆ। ਨਾ ਵੀਰੇ,
मैं तो नहीं कदे लड़ी, मेरी सास नूं तां 24 घंटे कोई लड़न वास्ते चाहिए। भैणे गल सुन कन्न खोल के, वड्डे बजुर्ग तां घर दा जिंदरा हुंदे आ, लोक सानूं की कहणगे? थोड़ी भैण ने आपदी सस घरों कढ़ती। ना वीरे, मैं तां बथेरा रोकिया सी, धक्के नाल लै गईआं मेरी ननाना, नाले मैनूं बड़ा कुछ बोल के गईआं। भैणे जिवें मर्जी कर, आपदी सस नूं घरे लै गया, इहदे च साडी वी बेइज्जती आ। चलो कर दी वीरे मैं थोड़े बाई नाल गल, मम्मी ने जाके असी ले आउने आ, ते नाले छड्डो इह गल्ला, मैं चाह बना के लियाउनी आ तुहाडे वास्ते। ना असी नहीं पीणी तेरे घर दी चाह, जे असी भी अपने मां बाप ना तेरे वाली करिए, तेरे दिल ते की बीतूगी? वीरे जिवें मेरी ननाना करदियां ना, मैं कितने उवें जाके थोड़े परिवार च दखल नहीं दिता। गलती जिहदी मर्जी आ, लोक तां सानू कहणगे थोड़ी कुड़ी ने सस घरों कढ़ती। शहर गया सी, 1200 दा कट्टा डीएपी दा, 1400 दा लाया, 200 रुपये ब्लैक, साले ने बाणियां ने शर्म ला रखी। ए साले सब लीडर रले होए आ इन्हां नाल, नहीं इन्हां दी की ताकत, 10 रुपए ही वध लै जाण। किसान नूं जिस दी लोड़ हुंदी है उस नूं पहलां ही स्टोर कर लैणगे। साले फसल बीजण तों पहलां ही ना सारी कमाई खा जांदे आ, ते मेरे वर्गे मिट्टी ना मिट्टी होई जांदे आ। किसानां दे असली मरण दा कारण ते रेहां स्प्रेहां ते बीजां दी ब्लैक ही है। हां जी, इन्हां सरकारां ने तां देश दा बेड़ा गर्क करता। हुण इलैक्शन आउण वाले आ, साले घर घर कुत्ते वांगू फिरनगे, ते जिहड़ा पैसा इन्हां ने ब्लैक च कमाया ना, इही पैसा इन्हां दे वोटां खरीदण ते शराब खरीदण दे काम आऊ। साले साडा सिर साडियां ही जुत्तियां। जे लोक विकदे आ तां ही इह खरीददे आ ना। जे इन्हां लीडरां दी छवी साफ होवे ना, ते वोटां वेले इहो जिहे हत्थ कंडे ना बनाउण। चलो छड्डो जी इन्हां गल्लां नूं, आपां जाके मम्मी नूं लैके आईए, मैनूं तां घर खाण नूं आउंदा। लैण तां आपां तां जाईए जे आपां मम्मी नूं कढ़िया होवे, आपे गई आ आपे आजू, मेरे तों डेली कलेश देखा जांदा। ना जी ना, इदां ना करो, मैं तुहाडे नाल वादा करदी आं, अगे तों घर च कलेश कदे नहीं पैंदा। मन जो जी, मैं तुहाडे पैर फड़दी आं। इक वारी फिर सोच ला। जी मैं सोच लिया। ओहो, ओ मैं तां गल्लां गल्लां च भुल गया, सीमा दी जिम्मी कित्थे आ? ਉਹ ਤਾਂ ਮੇਰੇ ਨਾਲ ਗੁੱਸੇ ਹੋ ਕੇ ਚਲੇ ਗਏ ਜੀ। ਕਿਉਂ, ਕੀ ਗੱਲ ਹੋ ਗਈ? ਵੀਰੇ ਤਾਂ ਮੈਨੂੰ ਕਹਿ ਗਏ, ਕਹਿੰਦੇ ਜਾਂ ਤਾਂ ਆਪਦੀ ਸੱਸ ਨੂੰ ਲਿਆ, ਨਹੀਂ ਸਾਡੇ ਵੱਲੋਂ ਤੇਰੇ ਨਾਲ ਰਿਸ਼ਤਾ ਖਤਮ ਆ। ਅੱਛਾ, ਤਾਂ ਆਹ ਗੱਲ ਹੈ, ਆਪਾਂ ਰਿਸ਼ਤਾ ਥੋੜੀ ਤੋੜਨਾ। ਚੱਲ ਤੂੰ ਤਿਆਰ ਹੋ, ਫਿਰ ਆਪਾਂ ਲੈ ਕੇ ਜੀ। ਚੱਲ ਪਾ ਫਟਾਫਟ ਕੱਪੜੇ, ਮਿੰਟ ਬਾ। ਹੁਣ ਮੈਂ ਬੇਬੇ ਨੂੰ ਕਿੱਥੇ ਭੇਜਾਂ? ਸੱਚ ਭੈਣ ਕਹਿੰਦੀ ਸੀ ਵੀ 4 ਦਿਨਾਂ ਨੂੰ ਮੈਂ ਲੈ ਜੂੰਗੀ, ਚੱਲ ਮੈਂ ਲਾਉਣੀ ਆ ਫੋਨ। ਹੈਲੋ। ਹਾਂ ਭੈਣ। ਬੱਚੀ ਹੈਲੋ ਦੀਏ, ਤੂੰ 4 ਦਿਨ ਕਹਿ ਕੇ ਗਈ ਸੀਗੀ ਵੀ ਬੇਬੇ ਨੂੰ ਮੈਂ ਲੈ ਜੂੰਗੀ, 20 ਦਿਨ ਹੋ ਗਏ ਹੁਣ ਤੂੰ ਲੈਣ ਹੀ ਨਹੀਂ ਆਈ। ਕੀ ਦੱਸਾਂ ਭੈਣ, ਤੇਰਾ ਜੀਜਾ ਕਹਿੰਦਾ ਜੇ ਐਕਤੀ ਬੁੜੀ ਘਰੇ ਵੜ ਗਈ ਤਾਂ ਤੈਨੂੰ ਘਰੋਂ ਬਾਹਰ ਕੱਢੂ, ਬੁੜੀ ਨੇ ਆਪ ਤਾਂ ਘਰੇ ਵੜਨਾ ਨਹੀਂ, ਮੈਨੂੰ ਵੀ ਬਾਹਰ ਕਢਾਊ ਘਰੋਂ। ਹਾਂ ਭੈਣੇ, ਮੇਰੀਆਂ ਸ਼ਰੀਕਣੀਆਂ ਵੀ ਮੈਨੂੰ ਕਹਿਣਗੀਆਂ ਵੀ ਤੇਰਾ ਭਰਾ ਤੇਰੀ ਮਾਂ ਨੂੰ ਰੋਟੀ ਨਹੀਂ ਦਿੰਦਾ, ਤੀਜੇ ਦਿਨ ਤੇਰੀ ਮਾਂ ਇੱਥੇ ਆ ਜਾਂਦੀ ਆ। ਨਾਲੇ ਭੈਣੇ ਇੱਕ ਗੱਲ ਹੋਰ, ਹੁਣ ਤਾਂ ਆਪਾਂ ਸਹੁਰੇ ਘਰੇ ਰਾਜ ਕਰਦੀ ਆ, ਜੇ ਆਪਾਂ ਨੂੰ ਪੇਕੀ ਜਾ ਕੇ ਬਹਿਣਾ ਪੈ ਗਿਆ ਨਾ, ਭੁੱਖੀਆਂ ਮਰਾਂਗੇ ਉੱਥੇ, ਨਾਲੇ ਵੀਰੇ ਕੋਲ ਜਿੰਨੀ ਜ਼ਮੀਨ ਆ ਓਨਾ ਹੀ ਉਹਦੇ ਸਿਰ ਕਰਜ਼ਾ ਵਾ। ਹਾਂ ਤੇਰੀ ਇਹ ਵੀ ਗੱਲ ਸਹੀ ਆ, ਹੁਣ ਆਪਾਂ ਕੀ ਕਰੀਏ? ਚੱਲ ਭੈਣੇ ਆਉਣੀ ਆ ਮੈਂ ਅੱਜ, ਇਹਨੂੰ ਸਕੀਮ ਲਾ ਕੇ ਕੋਈ ਘਰੋਂ ਬਾਹਰ ਕੱਢਦੀ ਆ ਆਪਾਂ, ਇਹਨੂੰ ਤਾਂ ਵੀਰਾ ਤੇ ਭਾਬੀ ਸੰਭਾਲ ਸਕਦੇ ਆ। ਚੱਲ ਠੀਕ ਆ ਭੈਣੇ, ਫਿਰ ਤੂੰ ਆ ਜਾ।
तेन पता इस टाइम कि टैट है नाले रखड़ी जी का मुल तारना पवे तेन कि समझाया पर समझ नहीं तू चलो कोई गल नहीं जी अगे तो ध्यान रखूंगी मैं गल छड्डण दी नहीं सरदारनी तुहाडे जनानियां दे इन्हां रीत रिवाजां करके ना अद्धी दुनिया मेंटल होई पई है ताई लोग ना धीआं जम्मण सारी दाज इकट्ठा करना शुरू कर दिंदे आ मैं ठोकर मारदा इहो जे रीत रिवाजां नूं अग्गे नूं मैनूं मेरे घर च इहो जिहा कुछ नहीं चाहीदा समझ गई चलो ठीक है जी इहो जी गलती मैं अग्गे तों नहीं करदी पर हर इक बंदे दी सोच तुहाडे वर्गी नहीं हुंदी चलो छो ठीक किथे आ देख ला लखविंदर मेनू जान के तंग कर दिया कहंदी अपने घरे चली जा सही ता कहंदी है मां सारी उम्र हुण तू साडे कोले तां नहीं बैठी रहना ना ओदो ता तुसी दोए जानियां कहंदी ते बेबे मेरे लवे आ जा तेरा पुंजे पैर नहीं लगन दंदी आ हुण की हो गया थोनू सानू की पता सीगा तू पक्के डेरे ला लेंगी तीजे के दिन लड़के आए आनियां लड़न नु केड़ा तू जवाक आ मां सानू होर भी बहुत काम आ तेरे पीछे पीछे फिरी जाइए हुण सियाणी बन आपदे घरे जा ना ओदो ता तुसी उंगलां ला ला के मेरे नूं ते पुत्त नाल लड़ाई गईयां ओदो ता कहंदियां सीआं नूं दी चूड़ी कस के रख हुण की हो गया सानू तो तू एवें बदनाम करदियां मां लड़ाकी ता तू पहले दिन ते ही सी हाय रब्बा हुण मैं केड़ा मुंह लेके घरे जाऊंगी उंगलां लाउण वालियां ने ता मैनूं किते दी नहीं छड्डिया हुण रब्बा तू ही कुछ कर एक बार नूं पुत्त कोले भजा दे मुड़के जिंदगी च घर दा बूहा नहीं टपदी सजड़ी मां धीआं धीआं करी जांदी आ घरे सदको दी बेइज्जती करी जांदा आ चल पहने हुण ना कुछ बोली वीरा आ गया नहीं तो अपना हया लाओ बढ़िया मत्था टेकदी मां क्या बेबे आ गए थे जी ला लिया है तू घर दी चिंता नहीं पूरा पुत्त आंदी है सी लखविंदर कहंदी चाह पी के जा वड़ी मां दवाई ले ली अज ਉਤ ਪੰਜ ਛੇ ਦਿਨ ਹੋ ਗਏ ਮੁੱਕੀ ਭਈਆ ਮੈਨੂੰ ਪਤਾ ਸੀ ਤੇਰਾ ਤੂੰ ਦਵਾਈ ਲੈਂਦੀ ਟਾਈਮ ਸਰ ਮੈਂ ਤਾਂ ਹੀ ਤੇਰੀ ਦਵਾਈ ਲੈ ਕੇ ਆਇਆ ਮੰਮੀ ਤੇਰੀ ਦਵਾਈ ਮੈਂ ਲੈ ਕੇ ਆਈ ਆ ਲਖਵਿੰਦਰ ਪੰਜ ਦਾ ਗਲਾਸ ਲਿਆਈ ਮੰਮੀ ਨੂੰ ਦਵਾਈ ਦੇ ਦਈਏ ਮੰਮੀ ਦਾ ਬੀਪੀ ਵਾਲਾ ਵੱਧ ਜਾਂਦਾ ਮਿੰਟ 'ਚ ਹੱਥਾਂ ਪੈਰਾਂ 'ਚ ਆ ਜਾਂਦੀ ਆ मैं कुड़ियां पीछे लग के ऐवें अपने नूं पुत्त नाल लड़ी गई पर मैं भुल गई सी कि मेरे बुढ़ापे दा सहारा मेरे नूं पुत्ती ने मेरियां दस दस किले दियां मालकना धीआं पिछे मैं अपने पुत्त दे चार किले भी बंडन नूं फिरदी सी मेरी नूं ही मेरी असल धी आ जो रुखी सुखी खा के भी मेरा घर संभाली बैठी आ चलो पुत्र चलिए मेरे चाह तो पी आंदे नहीं बस असि उत्थे जाके पी लांगे चल कोई नहीं भैने मैं ना जाके पशु पठे पुठे पाने जाएगा मैं बेबे को लेने आ जी कुछ कह फिर पी जाएंगे हां बेबे तेरे करी कुड़ियां ने सेवा हां पुत्त इतनी सेवा कीती है कि जिंदगी भर याद रहू मैनू ਸਾਰਾ ਬਸ ਪੜ੍ਹਦੀ ਤੂੰ ਪੜ੍ਹੀ ਚੱਲੀ ਤੇ ਉਧਰ ਸੀ ਚੱਲੀ ਜਾਉ ਤਾਂ ਬੋਲੀ ਕਰੀ ਕਿ ਚੱਲਾ ਉਹਦੀ ਸਪੇਸ ਚਾਹੀਦੀ ਆਪਾਂ ਨੂੰ ਬਸ ਠੀਕ ਵਰਤੀ ਦੇ ਕੀ ਬੋਲ ਤੇ ਮੈਂ ਖੇਤ ਜਾ ਕੇ ਚੱਲ ਚੱਲ ਚੱਲੀ ਨਾ ਦੁਆਰਾ ਚੱਕ ਲਾ ਨਹੀਂ ਵੀਰੇ ਮੈਂ ਤਾਂ ਨਹੀਂ ਲੱਗ ਕੋਈ 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 ਦੁਆਰਾ ਮੈਂ ਪੜ੍ਹੀ ਨਾ ਆਉਣਾ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਹੋਲ ਨਾ ਇਮੋਸ਼ਨਲ ਹੋ ਕੇ ਤੇ ਘਰ ਦੇ ਜਿੰਦਾ ਨਹੀਂ ਬੁਰਾ ਮੈਂ ਕੀ ਬੋਲ ਬੋਲਣਾ
ਕਰਦੀ ਆ ਸਹੁਰੇ ਘਰੇ ਰਾਜ ਜੇ ਪੇਕੀ ਜਾਣੇ ਆਪਣੇ ਘਰ ਚ ਬਖੇੜਾ ਨੀ ਚਾਹੀਦਾ। ਨਹੀਂ ਗੱਲ ਤੋਂ ਹੈ ਜੀ ਇੰਨੀ ਮਹਿੰਗੀ ਸ਼ਰਾਬ ਲੈਣ ਵਿੱਚ ਇਹਨਾਂ ਨੂੰ ਇਲੈਕਸ਼ਨ ਸਾਡੇ ਮੂੰਹ ਹੀ ਬੋਲਣ ਦੇ ਭੈਣੇ ਮੇਰੇ ਵਾਲਾ ਤਾਂ ਆਖੂਗਾ ਵੀ ਇੱਕ ਵਾਰ ਨੂੰ ਪੁੱਤ ਕੋਲੇ ਪਹੁੰਚਾ ਦੇ ਮੁੜ ਕੇ ਐਕਸ਼ਨ ਮੈਨੂੰ ਪਤਾ ਮੇਰੀ ਮਾਂ ਦਾ।